ਬਰਨਾਲਾ ਸ਼ਹਿਰ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ। ਇਹੀ ਵਜ੍ਹਾ ਹੈ ਕਿ ਉਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਸ਼ਹਿਰ ਵਿੱਚ ਇੱਕ ਵਾਰ ਫਿਰ ਤੋਂ ਵਾਰਦਾਤ ਹੋਈ ਹੈ। ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਖੜੀ ਕਾਰ ਦੇ ਵਿੱਚੋਂ 2,70,000 ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਕਾਰ ਇੱਕ ਵਪਾਰੀ ਦੀ ਸੀ ਜੋ ਕਿ ਬੈਂਕ ਵਿੱਚੋਂ ਪੈਸੇ ਕਢਵਾ ਕੇ ਆਇਆ ਸੀ। ਵਪਾਰੀ ਮੁਤਾਬਕ ਉਸਨੇ ਕੁਝ ਪੈਸੇ ਆਪਣੀ ਦੁਕਾਨ ਵਿੱਚ ਰੱਖੇ ਸਨ ਤੇ ਬਾਕੀ 2,70,000 ਰੁਪਏ ਘਰ ਦੇ ਬਾਹਰ ਖੜੀ ਕਾਰ ਵਿੱਚ ਰੱਖੇ। ਉਹ ਕਿਸੇ ਕੰਮ ਲਈ ਘਰ ਅੰਦਰ ਗਿਆ ਤੇ ਜਦ ਵਾਪਸ ਪਰਤਿਆ ਤਾਂ ਪੈਸੇ ਗਾਇਬ ਸਨ। ਇਸ ਤੋਂ ਬਾਅਦ ਸੀਸੀਟੀਵੀ ਖੰਗਾਲੇ ਗਏ ਜਿਸ ਵਿੱਚ ਚੋਰੀ ਦੀ ਵਾਰਦਾਤ ਦਾ ਖੁਲਾਸਾ ਹੋਇਆ। ਸੀਸੀਟੀਵੀ ਵਿੱਚ ਚੋਰ ਗੱਡੀ ਦੇ ਵਿੱਚੋਂ ਪੈਸੇ ਚੋਰੀ ਕਰਦੇ ਸਾਫ਼ ਦਿਖਾਈ ਦੇ ਰਹੇ ਨੇ। ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਹੈ। ਪੀੜਤ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਲੁਟੇਰਿਆਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕਰੇ। ਅਸੀਂ ਨਾ ਕੋਟਕ ਮਹਿੰਦਰਾ ਬੈਂਕ 'ਚ ਗਿਆ ਸੀ, ਮੈਂ ਪੈਸੇ ਕਢਾਉਣ 5 ਲੱਖ ਰੁਪਇਆ ਕੋਟਕ ਮਹਿੰਦਰਾ ਬੈਂਕ 'ਚ ਮੈਂ 5 ਲੱਖ ਰੁਪਇਆ ਕਢਾ ਲਿਆ। ਉਹ ਤੋਂ ਬਾਅਦ ਸਾਡੀ ਦੁਕਾਨ ਹੈ ਮੰਡੀ 'ਚ 1 ਨੰਬਰ, ਉੱਥੇ ਗਿਆ ਮੈਂ, ਉੱਥੇ 2,30,000 ਰੁਪਇਆ ਮੈਂ ਦੇ ਤਾ। ਉਹ ਤੋਂ ਬਾਅਦ 2,70,000 ਰੁਪਇਆ ਮੈਂ ਝੋਲੇ 'ਚ ਪਾ ਕੇ, ਝੋਲੇ 'ਚ ਪੇ ਸੀ ਉਹ ਘਰੇ ਲਿਆਇਆ। ਘਰੇ ਲਿਆ ਕੇ ਪੈਸੇ ਮੈਂ ਕਾਰ 'ਚ ਰੱਖ ਤੇ, ਮੈਂ ਸਕੂਟਰੀ ਅੰਦਰ ਲਾ ਤੀ ਅਤੇ ਮੈਂ 2 ਮਿੰਟ 5 ਮਿੰਟ ਅੰਦਰ ਗਿਆ ਸੀ ਵਾਸ਼ਰੂਮ 'ਚ। ਇੰਨੇ ਨੂੰ ਜਦੋਂ ਬਾਹਰ ਆਏ ਤਾਂ ਬਾਕਾ ਹੋਇਆ ਪਿਆ ਸੀ, ਉਹ ਸ਼ੀਸ਼ਾ ਤੋੜ ਕੇ ਪੈਸੇ ਲੈ ਗਏ। ਸੀਸੀਟੀਵੀ ਫੁਟੇਜ ਕਲੀਅਰ ਨਹੀਂ ਆਈ, ਫੁਟੇਜ ਤਾਂ ਆਈ ਹੈ ਵੈਸੇ, ਉਹ ਮੋਟਰਸਾਈਕਲ ਹੋਣੀ ਪਏ, ਫੁਟੇਜ ਤਾਂ ਆਈ। 2 ਜਣੇ ਆਈ, ਕੋਈ ਨਹੀਂ ਪ੍ਰੋਫੈਸ਼ਨਲ ਬੰਦੇ ਤਾਂ ਉਹ ਲੱਗਦਾ ਸ਼ੱਕ ਕੋਈ ਨਹੀਂ ਕਿਸੇ ਤੋਂ। ਉਸ ਤੋਂ ਚਾਹੁੰਦੇ ਸਾਡਾ ਇਨਸਾਫ਼ ਕੀਤਾ, ਸਾਡਾ ਇਨਸਾਫ਼ ਕੀਤਾ, ਸਾਡੇ ਪੈਸੇ ਵਾਪਸ ਹੋ ਜਾਣ, ਇਹ ਲੋਕਾਂ ਨੂੰ ਫੜਿਆ ਜਾਵੇ ਤਾਂ ਕਿ ਸ਼ਹਿਰ ਦੀ ਗਾਹਾਂ ਤੋਂ ਵੀ ਹੋ ਰਹੇ ਸੀ। ਪ੍ਰਸ਼ਾਸਨ ਨੂੰ ਇਹੀ ਦਰਖਾਸਤ ਕਰਨਾ ਚਾਹੂੰਗਾ, ਇਲੈਕਸ਼ਨ ਟਾਈਮ ਚੱਲ ਰਿਹਾ ਹੈਗਾ, ਇਲੈਕਸ਼ਨ ਟਾਈਮ ਹੋਣ ਦੇ ਦੌਰਾਨ ਵਾਧੂ ਫੋਰਸਿਸ ਆਸੇ ਪਾਸੇ ਲੱਗੀਆਂ ਹੋਈਆਂ ਨੇ, ਚਾਰੋਂ ਪਾਸੇ ਸ਼ਹਿਰ ਨੂੰ ਘੇਰਿਆ ਹੋਇਆ ਫੋਰਸਿਸ ਦੇ ਨਾਲ। ਇਸ ਕਰਕੇ ਅਮਨ ਸ਼ਾਂਤੀ ਸ਼ਹਿਰ 'ਚ ਬਰਕਰਾਰ ਰੱਖਣ ਵਾਸਤੇ, ਲੋਕਾਂ ਨੂੰ ਸੁੱਖ ਦਾ ਸਾਹ ਲੈਣ ਵਾਸਤੇ, ਇਹੋ ਜਿਹੇ ਬੰਦਿਆਂ 'ਤੇ ਜਿਹੜੇ ਅਣਪਛਾਤੇ ਲੋਕ ਇਹੋ ਜਿਹੇ ਗਲਤ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਛੇਤੀ ਤੋਂ ਛੇਤੀ ਫੜਿਆ ਜਾਣਾ ਚਾਹੀਦਾ ਤਾਂ ਕਿ ਸ਼ਹਿਰ 'ਚ ਅਮਨ ਕਾਨੂੰਨ ਦੀ ਵਿਵਸਥਾ ਸਹੀ ਤਰੀਕੇ ਨਾਲ ਮੇਨਟੇਨ ਕੀਤੀ ਰਹੀ ਜਾ ਸਕੇ। ਹੁਣੇ ਸ਼ਹਿਰ ਦੇ ਜਿਹੜਾ ਇਹ ਵਾਰਦਾਤ ਕੀਤੀ ਹੈ, ਜਮ੍ਹਾਂ ਸ਼ਹਿਰ ਦਾ ਕਰੀਮ ਏਰੀਆ, ਸ਼ਹਿਰ ਦੇ ਜਮ੍ਹਾਂ ਵਿੱਚ ਪਜੱਗ 'ਚ ਹੈ, ਅਗਰ ਇਸੇ ਏਰੀਆ 'ਚ ਵੀ ਇਹੋ ਜਿਹੀ ਵਾਰਦਾਤਾਂ ਹੋ ਰਹੀਆਂ ਨੇ ਤਾਂ ਆਪਾਂ ਨੂੰ ਜਾਂ ਆਮ ਇਨਸਾਨ ਨੂੰ ਇਹ ਸੋਚਣਾ ਬਹੁਤ ਮਜਬੂਰ ਵਾਲੀ ਗੱਲ ਹੈ ਵੀ ਆਪਾਂ ਕਿੱਥੇ ਸਿਕਿਓਰ ਹੈ, ਕਿੱਥੇ ਨਹੀਂ ਆ ਰਹੇ ਜੀ। ਹਰੇਕ ਨੂੰ ਕੈਸ਼ ਦੀ ਦੇਖੋ ਹਿਲਚੁਲ ਹੋਣੀ ਹੈ, ਦੇਖੋ ਜ਼ਿਮੀਦਾਰ ਨੇ ਵੀ ਕੈਸ਼ ਲੈਣਾ, ਬੈਂਕਾਂ 'ਚੋਂ ਵੀ ਨਿਕਲਣਾ। ਇਸ ਚੀਜ਼ ਵਾਸਤੇ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣਾ, ਉਹ ਖਾਸ ਫੋਰਸਿਸ ਹੋਰ ਇੰਪਲੋਈ ਕਰਨੀਆਂ ਪੈਣਗੀਆਂ ਤਾਂ ਕਿ ਇਸ ਚੀਜ਼ ਜਿਹੜੇ ਵਾਰਦਾਤਾਂ ਨੇ ਉਸ 'ਚ ਲੋਕਾਂ ਨੂੰ ਅਮਨ ਸ਼ਾਂਤੀ ਬਰਕਰਾਰ ਰਹਿ ਸਕੇ, ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਹੋਏ ਇਸ ਚੀਜ਼ 'ਚ, ਹੈਲਥ ਪੱਖੋਂ ਵੀ ਕਈ ਵਾਰ ਕੋਈ ਹੋਰ ਵਾਰਦਾਤ ਵੀ ਕਰ ਸਕਦਾ, ਕੋਈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ, ਸਰਕਾਰ ਨੂੰ ਇਸ ਚੀਜ਼ ਵਾਸਤੇ ਖਾਸ ਧਿਆਨ ਦੇਣਾ ਚਾਹੀਦਾ। ਸਹੀ ਕਹਿਣਾ ਚਾਹੁੰਦੇ, ਜਿਹੜਾ ਦਿਨੇ ਘਟਨਾ ਹੋਈ ਹੈ, ਇਸੇ ਘਟਨਾਵਾਂ ਸ਼ਹਿਰ 'ਚ ਬਹੁਤ ਜ਼ਿਆਦਾ ਹੋ ਰਹੀਆਂ ਨੇ। ਅਸੀਂ ਵਪਾਰੀ ਬੰਦੇ ਹਾਂ ਅਤੇ ਸਾਡਾ ਮੂਹਰੇ ਕਣਕ ਦਾ ਵੀ ਸੀਜ਼ਨ ਹੈ, ਕਿਸਾਨ ਵੀ ਆਉਣਗੇ, ਬੈਂਕਾਂ ਨਾਲ ਵੀ ਅਸੀਂ ਕੈਸ਼ ਲੈਣਾ ਵੀ ਹੈ, ਦੇਣਾ ਵੀ ਹੈ। ਇਸ ਕਰਕੇ ਅਸੀਂ ਆਪਦੀ ਸੇਫਟੀ ਪੱਖੋਂ ਚਾਹੁੰਦੇ ਹਾਂ ਵੀ ਸਰਕਾਰ ਨੂੰ ਚਾਹੀਦਾ ਵੀ ਇਸ ਵੱਲ ਪੂਰੇ ਤੋਂ ਪੂਰਾ ਧਿਆਨ ਦੇ ਕੇ ਵੀ ਸਾਡੀ ਸੇਫਟੀ ਕੀਤੀ ਜਾਵੇ। ਇਹ ਜੋ ਵਾਰਦਾਤ ਹੋਈ ਆ, ਖੁਸ਼ਹਾਲ ਗੋਇਲ ਵਾਸੀ ਗੋਬਿੰਦ ਕਲੋਨੀ ਗਲੀ ਨੰਬਰ 1 ਬਰਨਾਲਾ, ਜਿਨ੍ਹਾਂ ਦਾ ਕਿ ਆੜਤ ਦਾ ਕੰਮ ਹੈ, ਇਹ ਅੱਜ ਦੁਪਹਿਰ ਕਰੀਬ 1 ਵਜੇ ਆਪਣੇ ਬੈਂਕ ਤੋਂ ਇਹਨਾਂ ਨੇ ਕਰੀਬ 5 ਲੱਖ ਰੁਪਇਆ ਵਿਦਡਰਾਅ ਕੀਤਾ ਸੀ। ਉਸ ਤੋਂ ਬਾਅਦ ਇਹ ਸਕੂਟੀ ਦੇ ਉੱਤੇ ਆਪਣੀ ਸ਼ਾਇਦ ਜਿਹੜੀ ਆੜਤ ਦੀ ਦੁਕਾਨ ਹੈ ਦਾਣਾ ਮੰਡੀ ਬਰਨਾਲਾ, ਉੱਥੇ ਗਏ। ਉੱਥੇ ਇਹਨਾਂ ਨੇ ਕੁਛ ਪੈਸੇ ਉਹਦੇ ਵਿੱਚੋਂ 2,70,000 ਰੁਪਇਆ ਇਹਨਾਂ ਨੇ ਆਪਣੀ ਦੁਕਾਨ ਦੇ ਉੱਤੇ ਜਿਹੜਾ ਫੜਾਇਆ ਅਤੇ ਬਾਕੀ ਪੈਸੇ ਲੈ ਕੇ ਇਹ ਸਕੂਟੀ ਦੇ ਉੱਤੇ ਆਪਣੇ ਘਰ ਆ ਗਏ। ਉੱਥੋਂ ਇਹਨਾਂ ਨੇ ਉਹ ਜਿਹੜੇ ਪੈਸੇ ਸੀ ਫਰਦਰ ਆਪਣੇ ਕਿਸੇ ਸ਼ੈਲਰ ਦੇ ਉੱਤੇ ਫੜਾਉਣ ਜਾਣਾ ਸੀ। ਇਹਨਾਂ ਦੀ ਗੱਡੀ ਘਰ ਦੇ ਬਾਹਰ ਹੀ ਖੜ੍ਹੀ ਸੀ ਅਤੇ ਖੁਸ਼ਹਾਲ ਗੋਇਲ ਨੇ ਘਰ ਦੇ ਬਾਹਰ ਹੀ ਰੋਕ ਕੇ
ਸਕੂਟੀ ਦੇ ਵਿੱਚੋਂ ਪੈਸੇ ਕੱਢ ਕੇ ਅਤੇ ਆਪਣੀ ਗੱਡੀ ਦੇ ਵਿੱਚ ਉਹ ਪੈਸੇ ਰੱਖ ਦਿੱਤੇ ਸੀ ਅਤੇ ਇਹ ਕੁਛ ਮਿੰਟਾਂ ਵਾਸਤੇ ਹੀ ਆਪਣੇ ਘਰ ਦੇ ਅੰਦਰ ਵਾਸ਼ਰੂਮ ਯੂਜ਼ ਕਰਨ ਲਈ ਗਏ ਸੀ। ਜਦੋਂ ਇਹ ਬਾਹਰ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਦੀ ਗੱਡੀ ਦਾ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਉਹਦੇ ਵਿੱਚੋਂ ਜਿਹੜੇ ਪੈਸੇ ਮਿਸਿੰਗ ਸੀਗੇ। ਤੁਰੰਤ ਜਿਹੜਾ ਜਦੋਂ ਸੂਚਨਾ ਮਿਲਣ ਦੇ ਉੱਤੇ ਸਾਡੀਆਂ ਸਾਰੀਆਂ ਪੁਲਿਸ ਟੀਮਾਂ ਉੱਥੇ ਥਾਣਾ ਸਿਟੀ ਵਨ ਬਰਨਾਲਾ ਤੋਂ CIA ਤੋਂ ਟੀਮਾਂ ਉੱਥੇ ਪਹੁੰਚ ਗਈਆਂ ਅਤੇ ਜਿਹੜੀ CCTV ਫੁਟੇਜ ਚੈੱਕ ਕਰਨ 'ਤੇ ਇਹ ਪਾਇਆ ਗਿਆ ਕਿ ਦੋ ਅਨਨੋਨ ਜਿਹੜੇ ਪਰਸਨ ਹੈ ਉਹ ਇੱਕ ਮੋਟਰਸਾਈਕਲ ਦੇ ਉੱਤੇ ਜੋ ਕਿ ਪਹਿਲਾਂ ਤੋਂ ਹੀ ਉੱਥੇ ਤਾਕ ਲਾ ਕੇ ਨੇੜੇ ਤੇੜੇ ਹੈਗੇ ਸੀ, ਉਹਨਾਂ ਨੇ ਜਦੋਂ ਖੁਸ਼ਹਾਲ ਗੋਇਲ ਨੇ ਆ ਕੇ ਆਪਣਾ ਪੈਸਿਆਂ ਦਾ ਬੈਗ ਗੱਡੀ ਦੇ ਵਿੱਚ ਰੱਖਿਆ ਅਤੇ ਘਰ ਦੇ ਅੰਦਰ ਗਏ, ਉਹਨਾਂ ਨੇ ਤੁਰੰਤ ਉੱਥੇ ਕੋਲ ਦੀ ਮੋਟਰਸਾਈਕਲ 'ਤੇ ਆ ਕੇ ਗੱਡੀ ਦਾ ਸ਼ੀਸ਼ਾ ਭੰਨ ਕੇ ਅਤੇ ਉਹਦੇ ਵਿੱਚੋਂ ਕੈਸ਼ ਜਿਹੜਾ ਲੈ ਕੇ ਫਰਾਰ ਹੋ ਗਏ। ਸੋ ਇਸ ਦੇ ਉੱਤੇ ਖੁਸ਼ਹਾਲ ਗੋਇਲ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਥਾਣਾ ਸਿਟੀ ਵਨ ਬਰਨਾਲਾ ਵਿਖੇ ਅਧੀਨ ਧਾਰਾ 379 ਅਤੇ 34 IPC ਦਰਜ ਕੀਤਾ ਜਾ ਰਿਹਾ। ਵੱਖ ਵੱਖ ਟੀਮਾਂ ਥਾਣਾ ਸਿਟੀ ਬਰਨਾਲਾ ਦੀਆਂ, CIA ਸਟਾਫ ਦੀਆਂ ਬਣਾ ਕੇ ਗੋਬਿੰਦ ਕਲੋਨੀ ਤੋਂ ਫਰਦਰ ਜਿਹੜਾ ਰੂਟ ਬਣਦਾ ਹੈ ਸਾਰੀਆਂ CCTV ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਅਤੇ ਜਲਦੀ ਜੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਏਗਾ।